हाँ जी, वाहिगुरु जी का खालसा, वाहिगुरु जी की फतेह। स्वागत है आप जी सारयां दा आप जी दे अपने विरसा चैनल दी खास पेशकश कश्मीर सिख सरगर्मियां विच। मैं गुरजीत सिंह आप जी दे सन्मुख हाजिर होया हाँ विरसा चैनल दी खास पेशकश कश्मीर सिख सरगर्मियां नूं लैके, जिस विच आप जी नूं कश्मीरी सिखां दे विलक्खण इतिहास अते इस हफ्ते कश्मीर विच होईयां सिख गतिविधियां बारे जाणू कराया जांदा है। आओ जी झाती मारीे मुख सुरखियां। 20 जनवरी दिन शुक्रवार को सिख मिशनरी कॉलेज इस्त्री विंग श्रीनगर दी बीबिया वालों की गई सेवावां। 14 साध राम रहीम फिर मिली 40 दिन की पैरोल। 22 जनवरी दिन एतवार को कोर सिस्टरहुड वालों कराया गया एक छोटा जिहा उपराला, जिस विच खास तौर पर बच्चों की संगत कराई गई। आओ हुण खबरां नूं विस्तार नाल जाणीए। 20 जनवरी दिन शुक्रवार को सिख मिशनरी कॉलेज इस्त्री विंग श्रीनगर दी बीबिया वालों की गई विशेष सेवावां, जिन्हां विच उन्होंने अपने पुराने कपड़े अते इहो जिहा समान जो कि उन्हां दे इस्तेमाल विच नहीं आ रहा सी ਉਹ ਉਹਨਾਂ ਜ਼ਰੂਰਤਮੰਦ ਲੋਕਾਂ ਨੂੰ ਦਿੱਤਿਆ ਜਿਨ੍ਹਾਂ ਨੂੰ ਬਹੁਤ ਹੀ ਜ਼ਰੂਰਤ ਸੀ। ਠੰਡ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਅਸੀਂ ਉਹ ਸਮਾਨ ਆਪਣੇ ਘਰਾਂ ਵਿੱਚ ਐਵੇਂ ਹੀ ਸੁੱਟਿਆ ਹੈ ਜੋ ਕਿ ਸਾਡੇ ਇਸਤੇਮਾਲ 'ਚ ਨਹੀਂ ਆ ਰਿਹਾ ਹੈ। ਆਪਾਂ ਗੱਲ ਕਰੀਏ ਕੰਬਲ ਕੱਪੜੇ ਆਦਿ, ਉਹ ਸਾਨੂੰ ਉਹਨਾਂ ਲੋਕਾਂ ਨੂੰ ਦੇਣੇ ਚਾਹੀਦੇ ਹਨ ਜੋ ਇਸ ਟਾਈਮ ਠੰਡ ਦੇ ਵਿੱਚ ਬਹੁਤ ਹੀ ਪਰੇਸ਼ਾਨ ਹੋ ਰਹੇ ਹਨ। ਉਹਨਾਂ ਨੇ ਦੱਸਿਆ ਕਿ ਇਹ ਹਰ ਇੱਕ ਮਨੁੱਖ ਦਾ ਫਰਜ਼ ਬਣਦਾ ਹੈ ਕਿ ਜੋ ਚੀਜ਼ ਉਹਦੇ ਇਸਤੇਮਾਲ ਵਿੱਚ ਨਹੀਂ ਆ ਰਹੀ ਹੈ ਅਤੇ ਉਹ ਕਿਸੇ ਹੋਰ ਦੇ ਇਸਤੇਮਾਲ ਵਿੱਚ ਆ ਸਕਦੀ ਹੈ, ਉਸਨੂੰ ਘਰ ਨਾ ਰੱਖੋ, ਉਸਨੂੰ ਲੋਕਾਂ ਨੂੰ ਦਿਓ ਤਾਂ ਕਿ ਉਹ ਆਪਣੇ ਇਸਤੇਮਾਲ ਵਿੱਚ ਲਿਆ ਸਕੇ। ਸੋਦਾ ਰਾਮ ਰਹੀਮ ਨੂੰ ਫਿਰ ਮਿਲੀ 40 ਦਿਨਾਂ ਦੀ ਪਰੋਲ, ਜਿਸ ਦੇ ਕਰਕੇ ਸਮਾਜ ਦੇ ਉੱਘੇ ਵਰਗ ਅਤੇ ਨਾਲ ਹੀ ਸਿੱਖ ਪੰਥ ਵਿੱਚ ਭਾਰੀ ਰੋਸ ਹੈ, ਕਿਉਂਕਿ ਇੱਕ ਪਾਸੇ ਸਰਕਾਰ ਇੱਕ ਐਸੇ ਬੰਦੇ ਨੂੰ ਬਾਹਰ ਕੱਢਦੀ ਹੈ ਜਿਸ ਦੇ ਉੱਪਰ ਭਾਰੀ ਮੁਕੱਦਮੇ ਚੱਲ ਰਹੇ ਹਨ, ਅਤੇ ਦੂਜੇ ਪਾਸੇ ਸਜ਼ਾਵਾਂ ਪੂਰੀ ਕਰ ਚੁੱਕੇ ਬੰਦੀ ਸਿੰਘ ਅਜੇ ਵੀ ਜੇਲ੍ਹਾਂ ਵਿੱਚ ਬੰਦ ਹਨ। 22 ਜਨਵਰੀ ਦਿਨ ਐਤਵਾਰ ਨੂੰ ਕੋਰ ਸਿਸਟਰਹੁੱਡ ਦੀ ਟੀਮ ਵੱਲੋਂ ਕੀਤਾ ਗਿਆ ਇੱਕ ਛੋਟਾ ਜਿਹਾ ਉਪਰਾਲਾ ਜੋ ਕਿ ਗੁਰਦੁਆਰਾ ਸਾਹਿਬ ਗਾਂਧੀ ਨਗਰ ਵਿਖੇ ਰੱਖਿਆ ਗਿਆ ਸੀ ਅਤੇ ਇਹ ਉਪਰਾਲਾ ਖਾਸ ਕਰ ਛੋਟੇ ਬੱਚਿਆਂ ਲਈ ਸੀ, ਜਿਸ ਵਿੱਚ ਬੱਚਿਆਂ ਦੀ ਵੀ ਕਾਫੀ ਤਾਦਾਦ ਵੇਖਣ ਨੂੰ ਮਿਲੀ ਅਤੇ ਇਸ ਦੌਰਾਨ ਬੱਚਿਆਂ ਨੂੰ ਸੇਵਾ ਅਤੇ ਸਿਮਰਨ ਦੀ ਮਹਾਨਤਾ ਬਾਰੇ ਦੱਸਿਆ ਗਿਆ ਅਤੇ ਕੋਰ ਸਿਸਟਰਹੁੱਡ ਦੀ ਟੀਮ ਨੇ ਦੱਸਿਆ ਕਿ ਉਹ ਚਾਹੁੰਦੇ ਨੇ ਕਿ ਆਉਣ ਵਾਲੇ ਸਮੇਂ ਵਿੱਚ ਇਹ ਪ੍ਰੋਗਰਾਮ ਵੱਧ ਤੋਂ ਵੱਧ ਹੋਣੇ ਚਾਹੀਦੇ ਨੇ। ਪ੍ਰੋਗਰਾਮ ਵਿੱਚ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਸਾਰੇ ਕਸ਼ਮੀਰ ਵਿੱਚ ਚੱਲ ਰਹੀ ਪੰਥਕ ਸਰਗਰਮੀਆਂ ਬਾਰੇ ਆਪ ਜੀ ਨੂੰ ਰੂਬਰੂ ਕਰਾਈਏ ਅਤੇ ਅਗਲੇ ਹਫ਼ਤੇ ਫਿਰ ਆਪ ਜੀ ਦੇ ਸਾਹਮਣੇ ਹਾਜ਼ਰ ਹੋਵਾਂਗੇ ਕਸ਼ਮੀਰ ਸਿੱਖ ਸਰਗਰਮੀਆਂ ਨੂੰ ਲੈ ਕੇ। ਤਦ ਤੱਕ ਲਈ